ਅੱਜ 112ਵੇਂ ਜਨਮ ਸ਼ਤਾਬਦੀ ਦੇ ਜਨਮ ਦਿਵਸ ਦੇ ਉੱਤੇ ਸ਼ਹੀਦ ਸੁਖਦੇਵ ਜੀ ਦੇ 112ਵੇਂ ਜਨਮ ਦਿਨ ਦੇ ਉੱਤੇ ਇਹ ਪ੍ਰੋਗਰਾਮ ਕਰਵਾਇਆ ਗਿਆ, ਵਿਸ਼ਾਲ ਨਈਆ ਜੀ ਨੇ ਔਰਗਨਾਈਜ਼ ਕੀਤਾ, ਔਰ ਬੜਾ ਅੱਛਾ ਲੱਗ ਰਿਹਾ ਹੈ ਕਿ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਆ। ਔਰ ਇਸ ਮੌਕੇ ਦੇ ਉੱਤੇ ਹਿੰਦੁਸਤਾਨ ਦੇ ਕ੍ਰਾਂਤੀਕਾਰੀ 14 ਕ੍ਰਾਂਤੀਕਾਰੀਆਂ ਦੇ ਪਰਿਵਾਰ, ਜਿਨ੍ਹਾਂ ਦੇ ਵਿੱਚ ਭਗਤ ਸਿੰਘ, ਰਾਜਗੁਰੂ, ਸੁਖਦੇਵ, ਤਾਂਤੀਆ ਟੋਪੇ, ਸੁਭਾਸ਼ ਚੰਦਰ ਬੋਸ, ਸ਼ਹੀਦ ਊਧਮ ਸਿੰਘ, ਲਾਲਾ ਲਾਜਪਤ ਰਾਏ ਵਗੈਰਾ, ਇਹਨਾਂ ਦੇ ਪਰਿਵਾਰ ਆਏ ਨੇ, ਉਹਨਾਂ ਨੇ ਸ਼ਿਰਕਤ ਕੀਤੀ ਆ। ਅਤੇ ਅੱਜ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜਿਸ ਤਰ੍ਹਾਂ ਹਿੰਦੁਸਤਾਨ ਦੀ ਆਜ਼ਾਦੀ ਦਾ ਜੋ ਸੰਘਰਸ਼ ਸੀ, ਅੱਜ ਇੱਥੇ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਦੇ ਬੱਚਿਆਂ ਨੇ, ਉਹਨਾਂ ਦੇ ਭਰਾਵਾਂ ਨੇ, ਉਹਨਾਂ ਦੇ ਬਜ਼ੁਰਗਾਂ ਨੇ ਇਹ ਸ਼ਹਾਦਤ ਦੇਸ਼ ਵਾਸਤੇ ਦਿੱਤੀ ਹੈ। ਅਤੇ ਇਹ ਸ਼ਹਾਦਤ ਕਦੇ ਬੇਕਾਰ ਨਹੀਂ ਜਾਏਗੀ, ਅਸੀਂ ਉਸ ਆਜ਼ਾਦੀ ਨੂੰ ਸੰਭਾਲ ਕੇ ਰੱਖਾਂਗੇ। ਮੇਰੀ ਬੇਨਤੀ ਹੈ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਕਿ ਆਪਣੀ ਆਜ਼ਾਦੀ ਨੂੰ ਸੰਭਾਲੋ, ਆਪਣੇ ਇੱਕ ਨਵਾਂ ਮੋੜ ਦਿਓ, ਆਪਣੀ ਇਨਵਾਇਰਮੈਂਟ ਨੂੰ ਬਚਾਓ। ਇਹ ਆਜ਼ਾਦੀ ਸਾਨੂੰ ਬਹੁਤ ਮੁਸ਼ਕਿਲ ਨਾਲ ਮਿਲੀ ਹੈ, ਔਰ ਇਸ ਹਿੰਦੁਸਤਾਨ ਦੀ ਆਜ਼ਾਦੀ ਨੂੰ ਕਾਇਮ ਰੱਖਣਾ ਸਾਡੇ ਸਭ ਦਾ ਫਰਜ਼ ਹੈ। ਔਰ ਮੈਂ ਚਾਹਾਂਗਾ ਕਿ ਸਾਰੇ ਮਿਲ ਕੇ ਉਹਨਾਂ ਸ਼ਹੀਦਾਂ ਨੂੰ ਸਨਮਾਨਿਤ ਕਰੀਏ, ਕਿਉਂਕਿ ਜਿਹੜੇ ਕ੍ਰਾਂਤੀਕਾਰੀ ਪਰਿਵਾਰ ਆਏ ਨੇ ਉਹਨਾਂ ਨੂੰ ਡਾਇਮੰਡ ਆਫ ਇੰਡੀਆ ਦੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇੱਥੇ ਫਰੀਡਮ ਫਾਈਟਰ ਆਏ ਨੇ, 1971-65 ਦੀ ਜੰਗ ਵਾਲੇ ਸਾਰੇ ਫੌਜੀ, ਉਹਨਾਂ ਦੇ ਪਰਿਵਾਰ ਆਏ ਨੇ, ਸ਼ਹੀਦ ਪਰਿਵਾਰ ਆਏ ਨੇ, ਪੁਲਵਾਮਾ ਹਮਲੇ ਦੇ ਵਿੱਚ ਸ਼ਹੀਦ ਹੋਏ CRPF ਦੇ ਜਵਾਨ ਆਏ ਨੇ, ਔਰ ਕਾਰਗਿਲ ਸ਼ਹੀਦਾਂ ਨੂੰ ਵੀ ਇੱਥੇ ਸ਼ਰਧਾਂਜਲੀ ਦਿੱਤੀ ਗਈ ਆ। ਔਰ ਇਹ ਇੱਕ ਬੜਾ ਸੋਚਣ ਵਾਲਾ ਵਿਸ਼ੇ ਹੈ ਕਿ ਸ਼ਹੀਦਾਂ ਨੂੰ ਜੋ ਮਿਲਦਾ ਸਨਮਾਨ ਹੈ ਉਹ ਦਿੱਤਾ ਜਾਵੇ, ਔਰ ਸਰਕਾਰਾਂ ਅੱਗੇ ਵੀ ਬੇਨਤੀ ਕਰਦਾ ਕਿ ਜੋ ਸ਼ਹੀਦਾਂ ਦਾ ਸਨਮਾਨ ਹੈ ਉਹਨਾਂ ਨੂੰ ਮਿਲੇ, ਉਹਨਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ, ਉਹਨਾਂ ਦੇ ਭਰਾਵਾਂ ਨੂੰ, ਉਹਨਾਂ ਦੇ ਪਰਿਵਾਰ ਨੂੰ, ਜੋ ਬੰਦੀ ਨੌਕਰੀ ਹੈ ਜਾਂ ਉਹਨਾਂ ਦੇ ਵਾਸਤੇ ਜੋ ਕੁਛ ਸਕੀਮ ਹੈ ਉਹਨਾਂ ਨੂੰ ਲਾਗੂ ਕੀਤਾ ਜਾਵੇ ਜਲਦੀ ਤੋਂ ਜਲਦੀ। ਅਤੇ ਮੈਂ ਸਾਰੇ ਆਏ ਹੋਏ ਸੱਜਣਾਂ ਦਾ, ਆਏ ਹੋਏ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਦੇਖਿਆ। ਔਰ ਅਸੀਂ ਇਸ ਸੁਸਾਇਟੀ ਵੱਲੋਂ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਅੱਗੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਾਂਗੇ ਜਿਨ੍ਹਾਂ ਵਿੱਚ ਸ਼ਹੀਦ ਪਰਿਵਾਰਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਏਗਾ। ਔਰ ਅੱਜ ਬਹੁਤ ਅੱਛਾ ਲੱਗ ਰਿਹਾ ਆ। ਥੈਂਕ ਯੂ ਆਲ ਕੈਮਰਾ ਟੀਮ। ਦੇਖੋ ਬਹੁਤ ਵਧੀਆ ਪ੍ਰੋਗਰਾਮ ਹੈ ਜੀ, ਮੈਂ ਪਹਿਲੀ ਵਾਰ ਜ਼ਿੰਦਗੀ ਜਿਹਾ ਜਿਹਾ ਪ੍ਰੋਗਰਾਮ ਅਟੈਂਡ ਕੀਤਾ। ਸ਼ਹੀਦਾਂ ਨੂੰ ਯਾਦ ਕਰਨਾ ਇੱਕ ਬਹੁਤ ਵੱਡੀ ਪ੍ਰਾਪਤੀ ਆ, ਇਹਨਾਂ ਦਾ ਉਪਰਾਲਾ, ਮੈਂ ਸਲੂਟ ਕਰਦਾ ਇਹਨਾਂ ਦੇ ਜਜ਼ਬੇ ਨੂੰ। ਇੰਨੀ ਵਧੀਆ ਪਰਫੋਰਮੈਂਸਿਸ ਹੋਈਆਂ, ਮੈਂ ਖੁਦ ਮੈਂ ਇਮੋਸ਼ਨਲ ਹੋ ਗਿਆ ਸੀ ਵਿੱਚ। ਸੋ ਇਹ ਕਹੇ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਪ੍ਰੋਗਰਾਮ ਔਰਗਨਾਈਜ਼ ਕੀਤਾ, ਪਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ। ਅੱਜ ਅਸੀਂ ਅਮਰ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਦੁਆਰਾ ਸ਼ਹੀਦ ਸੁਖਦੇਵ ਜੀ ਦੇ ਜਨਮਦਿਨ ਨੂੰ ਸਮਰਪਿਤ 112ਵਾਂ ਜਨਮਦਿਨ, ਅਸੀਂ ਗੁਰੂ ਨਾਨਕ ਭਵਨ ਦੇ ਵਿੱਚ 5ਵਾਂ ਰਾਜ ਪੱਧਰੀ ਪ੍ਰੋਗਰਾਮ ਜਿਹੜਾ ਅਸੀਂ ਅੱਜ ਮਨਾਇਆ ਗਿਆ ਹੈ, ਇਸ ਵਿੱਚ ਪੂਰੇ ਹਿੰਦੁਸਤਾਨ ਤੋਂ 14 ਕ੍ਰਾਂਤੀਕਾਰੀ ਪਰਿਵਾਰ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੇ, ਔਰ ਪੰਜਾਬ ਦੀ ਧਰਤੀ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਪਹਿਲਾ ਇਤਿਹਾਸ ਰਚਿਆ ਜਾਊਗਾ ਜਿਸ ਵਿੱਚ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਪਹਿਲੀ ਵਾਰੀ ਵਾਰਸ ਤਿੰਨੋਂ ਇਕੱਠੇ ਹੋਏ ਇਸ ਲੁਧਿਆਣਾ ਸ਼ਹਿਰ ਦੇ ਵਿੱਚ। ਔਰ ਸੁਭਾਸ਼ ਚੰਦਰ ਬੋਸ ਜੀ ਦਾ ਪਰਿਵਾਰ, ਅਸ਼ਫਾਕ ਉੱਲਾ ਖਾਨ ਜੀ ਦਾ ਪਰਿਵਾਰ, ਬੜੀ ਸੁਭਾਗ ਭਾਗਸ਼ਾਲੀ ਗੱਲ ਹੈ ਸਾਡੇ ਲਈ ਔਰ ਲੁਧਿਆਣਾ ਸ਼ਹਿਰ ਵਾਸੀਆਂ ਲਈ ਕਿ ਇੰਨੇ ਸ਼ਹੀਦ ਪਰਿਵਾਰ ਅੱਜ ਇਕੱਠੇ ਸ਼ਿਰਕਤ ਕੀਤੇ ਲੁਧਿਆਣਾ ਸ਼ਹਿਰ ਦੇ ਵਿੱਚ। ਔਰ ਪੁਲਵਾਮਾ ਦੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਕਾਰਗਿਲ ਦੇ ਪਰਿਵਾਰਾਂ ਨੂੰ ਸਨਮਾਨ ਕੀਤਾ ਗਿਆ, 1971 ਦੇ ਜੰਗੀ ਸ਼ਹੀਦਾਂ ਪਰਿਵਾਰਾਂ ਨੂੰ ਸਨਮਾਨ ਕੀਤਾ ਗਿਆ, ਫਿਰ ਅਸੀਂ ਪੰਜਾਬ ਦੇ ਸੁਤੰਤਰਤਾ ਸੈਨਾਨੀਆਂ ਨੂੰ ਸਨਮਾਨ ਕੀਤਾ ਗਿਆ, ਜਿਹੜੇ ਸਮਾਜ ਲਈ ਸੋਸ਼ਲ ਐਕਟੀਵਿਸਟ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੀ ਸਨਮਾਨ ਕੀਤਾ। ਲਗਭਗ 250 ਤੋਂ 300 ਪਰਿਵਾਰ ਜਿਨ੍ਹਾਂ ਨੂੰ ਅਸੀਂ ਅੱਜ ਸ਼ਹੀਦ ਸੁਖਦੇਵ ਜੀ ਦੇ ਜਨਮਦਿਨ ਨੂੰ ਸਮਰਪਿਤ ਜਿਹੜਾ ਅੱਜ ਪ੍ਰੋਗਰਾਮ ਸੀ ਉੱਥੇ 250 ਬੰਦੇ ਨੂੰ, 300 ਬੰਦੇ ਨੂੰ ਸਨਮਾਨ ਕਰਕੇ ਅਸੀਂ ਸ਼ਹੀਦ ਜੀ ਨੂੰ ਅੱਜ ਯਾਦ ਕੀਤਾ ਗਿਆ। ਔਰ ਮੈਂ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਇਹ ਜਿਹੜਾ ਸਾਡੇ ਸ਼ਹੀਦ ਨੇ ਇਹ ਦੇਸ਼ ਦੀ ਧਰੋਹਰ ਨੇ, ਇਹਨਾਂ ਦੀ ਸਾਂਭ ਸੰਭਾਲ ਸਰਕਾਰ ਖੁਦ ਕਰੇ। ਔਰ ਮੈਂ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਅੱਜ ਤੱਕ ਕਿਸੇ ਵੀ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਜੇ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਨਹੀਂ ਤਾਂ ਇਹਨਾਂ ਦੇ ਜਨਮ ਦਿਨ ਅਤੇ ਸ਼ਹਾਦਤਾਂ ਸਰਕਾਰ ਕਿਉਂ ਬੜੇ ਧੂਮਧਾਮ ਨਾਲ ਮਨਾ ਰਹੀ ਹੈ। ਔਰ ਮੈਂ ਪੰਜਾਬ ਸਰਕਾਰ ਅੱਗੇ, ਕੇਂਦਰ ਸਰਕਾਰ ਅੱਗੇ ਅਪੀਲ ਕਰਦਾ ਕਿ ਇਹਨਾਂ ਨੂੰ ਵਿਧਾਨ ਸਭਾ ਔਰ ਰਾਜ ਸਭਾ 'ਚ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਇਹਨਾਂ ਦੀ ਜਾਰੀ ਕੀਤੀ ਜਾਵੇ ਤਾਂ ਜੋ ਇਹਨਾਂ ਨੂੰ ਸ਼ਹੀਦਾਂ ਦਾ ਦਰਜਾ ਮਿਲ ਸਕੇ। ਜੈ ਹਿੰਦ, ਜੈ ਭਾਰਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਦਲਬੀਰ ਕੌਰ, ਸ਼ਹੀਦ ਸਰਬਜੀਤ ਸਿੰਘ ਦੀ ਸਿਸਟਰ ਬੋਲ ਰਹੀ ਹਾਂ।
ਅੱਜ ਜੋ ਇੱਥੇ ਗੁਰੂ ਨਾਨਕ ਭਵਨ ਦੇ ਵਿੱਚ ਇੱਕ ਫੰਕਸ਼ਨ ਹੋਇਆ ਸ਼ਹੀਦ ਸੁਖਦੇਵ ਸਿੰਘ ਜੀ ਦੇ ਜਨਮ ਦਿਨ ਨੂੰ ਲੈ ਕੇ ਇੱਕ ਬਹੁਤ ਅੱਛਾ ਇੱਕ ਉਪਰਾਲਾ ਸੀ। ਹਿੰਦੁਸਤਾਨ ਦੇ ਅੰਦਰ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਜਿੰਨੇ ਵੀ ਸ਼ਹੀਦ ਹੋਏ, ਅੱਜ ਤੱਕ ਇਸ ਦੇਸ਼ 'ਤੇ ਕਹਿ ਸਕਦੇ ਹਾਂ ਕਿ ਮਹਾਨ ਸਪੂਤਾਂ ਦੇ ਪਰਿਵਾਰਾਂ ਨੂੰ ਇੱਥੇ ਬੁਲਾਇਆ ਗਿਆ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਔਰ ਬੜੇ ਅਫਸੋਸ ਦੀ ਗੱਲ ਕਿ ਅੱਜ ਸਾਡੇ ਦਰਮਿਆਨ ਪੁਲਵਾਮਾ ਅਟੈਕ ਵਾਲੇ ਵੀ ਸ਼ਹੀਦਾਂ ਦੇ ਪਰਿਵਾਰ ਸਨ, ਜਿਨ੍ਹਾਂ ਨੂੰ ਦੇਖ ਕੇ ਮਿਲ ਕੇ ਕਾਫੀ ਦੁੱਖ ਹੋਇਆ ਔਰ ਦਿਲ ਭਰ ਆਇਆ ਸੀਗਾ, ਜੋ ਕਿ ਇੱਕ ਹਾਲ ਹੀ ਦੀ ਦੁਖਦ ਘਟਨਾ ਹੈ। ਲੇਕਿਨ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ, ਇੱਕ ਤਾਂ ਇੱਕ ਦੂਸਰੇ ਨੂੰ ਮਿਲਣ ਦੀ, ਇੱਕ ਦੂਸਰੇ ਨੂੰ ਜਾਣਕਾਰੀ ਦੀ ਵੀ ਇੱਥੇ ਜਿਹੜੀ ਹੈਗੀ ਆ ਬਹੁਤ ਅੱਛੀ ਮਿਲਦੀ ਆ, ਔਰ ਮਿਲਣ ਦਾ ਮੌਕਾ ਮਿਲਦਾ। ਔਰ ਬਹੁਤ ਅੱਛਾ ਲੱਗਾ ਕਿ ਅੱਜ ਸਾਰੇ ਇੱਥੇ ਇਕੱਠੇ ਸੀਗੇ, ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਸੀ ਕਿ ਅਸੀਂ ਵੀ ਅੱਜ ਉਹਨਾਂ ਦੇ ਵਿੱਚ ਖਲੋਤੇ ਹਾਂ ਜਿਨ੍ਹਾਂ ਨੇ ਕਿ ਦੇਸ਼ ਦੇ ਵਾਸਤੇ ਜਿਹੜੀ ਹੈ ਦੇਸ਼ ਦੀ ਏਕਤਾ ਅਖੰਡਤਾ ਦੇ ਵਾਸਤੇ, ਦੇਸ਼ ਦੀ ਆਜ਼ਾਦੀ ਦੇ ਵਾਸਤੇ, ਇਸ ਦੇਸ਼ ਦੇ ਭਾਈਚਾਰੇ ਦੇ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਔਰ ਜੋ ਬੱਚਿਆਂ ਨੇ ਉੱਥੇ ਆਪਣੇ ਆਈਟਮਸ ਦਿੱਤੀਆਂ ਉਹਨਾਂ ਨੂੰ ਦੇਖ ਕੇ ਬਹੁਤ ਅੱਛਾ ਲੱਗ ਰਿਹਾ ਸੀ, ਲੱਗ ਰਿਹਾ ਸੀ ਕਿ ਅਸੀਂ ਪਿਛਲੇ ਸਮੇਂ 'ਚ ਚਲੇ ਗਏ ਹੋਈਏ, ਜਿੱਦਾਂ ਕਿ ਆਜ਼ਾਦੀ ਦੇ ਲਈ ਜੋ ਸਾਡੇ ਸ਼ਹੀਦਾਂ ਨੇ ਉਸ ਟਾਈਮ 'ਤੇ ਜਿਹੜੇ ਆਵਾਜ਼ਾਂ ਉਠਾਈਆਂ ਸੀ, ਜੋ ਕੁਛ ਹੋਇਆ ਸੀ ਉਹ ਨਜ਼ਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਸੀ। ਤਾਂ ਬਹੁਤ ਵਧਾਈ ਦੇ ਪਾਤਰ ਨੇ ਵਿਸ਼ਾਲ ਜੀ, ਜਿਨ੍ਹਾਂ ਨੇ ਕਿ ਇੱਕ ਅੱਛਾ ਉਪਰਾਲਾ ਕੀਤਾ। ਔਰ ਮੈਂ ਤਾਂ ਉਮੀਦ ਕਰਦੀ ਹਾਂ ਕਿ ਹਰ ਸ਼ਹੀਦ ਦੇ ਪਰਿਵਾਰ ਵਾਲੇ ਇੱਦਾਂ ਦੇ ਫੰਕਸ਼ਨ ਜਿਹੜੇ ਆ ਉਹ ਕਰਦੇ ਰਹਿਣਗੇ, ਤਾਂ ਕਿ ਆਪਸ 'ਚ ਮੁਲਾਕਾਤ ਹੁੰਦੀ ਰਹੇ, ਸਾਡਾ ਆਪਸ 'ਚ ਇੱਕ ਨਾਤਾ ਬਣਿਆ ਰਹੇ। ਇੰਨਾ ਹੀ ਕਹਿੰਦੀ ਹੋਈ ਮੈਂ ਇਜਾਜ਼ਤ ਲੈਂਦੀ ਹਾਂ।